ਬਰਨਾਲਾ 'ਚ ਕੇਸਾਂ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਂਝਾਵਾਲਾ ਵਿਖੇ ਘਰੇਲੂ ਝਗੜੇ ਦੌਰਾਨ ਅੰਮ੍ਰਿਤਧਾਰੀ ਔਰਤ ਦੇ ਪਤੀ ਨੇ ਉਸਦੇ ਗੁੱਤ ਕੱਟ ਦਿੱਤੀ। ਗੁੱਤ ਕੱਟ ਕੇ ਉਸਦਾ ਪਤੀ ਗੁੱਤ ਵੀ ਆਪਣੇ ਨਾਲ ਹੀ ਲੈ ਗਿਆ। ਪੀੜਤ ਔਰਤ ਮਨਜੀਤ ਕੌਰ ਦੇ ਪਿਤਾ ਦਾ ਕਹਿਣਾ ਹੈ ਕਿ ਉਸਦਾ ਪਤੀ ਅਤੇ ਸਹੁਰੇ ਉਸਨੂੰ ਪਹਿਲਾਂ ਵੀ ਮਾਰਦੇ ਕੁੱਟਦੇ ਸਨ, ਪਰ ਅੱਜ ਉਸਦੇ ਕੇਸਾਂ ਦਾ ਕਤਲ ਕਰਕੇ ਉਹਨਾਂ ਨੇ ਹੱਦਾਂ ਹੀ ਪਾਰ ਕਰ ਦਿੱਤੀਆਂ ਹਨ। ਪੀੜਤ ਪਰਿਵਾਰ ਦਮਦਮੀ ਟਕਸਾਲ ਅਜਨਾਲਾ ਵਿਖੇ ਵੀ ਆਪਣੀ ਸ਼ਿਕਾਇਤ ਲੈ ਕੇ ਗਿਆ ਹੈ। ਮਨਜੀਤ ਕੌਰ ਅਤੇ ਉਸਦੇ ਪਰਿਵਾਰ ਦਾ ਦੋਸ਼ ਹੈ ਕਿ ਉਸਦੇ ਪਤੀ ਦਾ ਗੁਆਂਢੀਆਂ ਨਾਲ ਝਗੜਾ ਸੀ, ਜਿਸਦੇ ਚੱਲਦੇ ਉਹ ਮਨਜੀਤ ਕੌਰ ਨੂੰ ਉਹਨਾਂ ਖਿਲਾਫ਼ ਪਰਚਾ ਕਰਾਉਣ ਨੂੰ ਕਹਿ ਰਿਹਾ ਸੀ। ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰਨ 'ਤੇ ਮਨਜੀਤ ਦੇ ਪਤੀ ਅਤੇ ਸਹੁਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਫਿਲਹਾਲ ਅਜਨਾਲਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਪੀੜਤਾ ਦੀ ਸ਼ਿਕਾਇਤ 'ਤੇ FIR ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ। ਇਸ ਮੌਕੇ ਦਮਦਮੀ ਟਕਸਾਲ ਅਜਨਾਲਾ ਦੇ ਆਗੂਆਂ ਵੱਲੋਂ ਵੀ ਪੀੜਤ ਪਤੀ ਦੇ ਖਿਲਾਫ਼ ਕਾਰਵਾਈ ਮੰਗੀ ਗਈ ਹੈ। ਜੀ 7 ਸਾਲ ਪਹਿਲਾਂ ਮੇਰੇ ਨਾਲ ਮਾਰ ਪਿਟਾਈ ਬਹੁਤ ਜ਼ਿਆਦਾ ਹੁੰਦੀ। ਹੁਣ ਵੀਰ ਜੀ ਹੁਣ ਦੋਵਾਂ ਮੁੰਡਿਆਂ ਦੇ ਕਹਿੰਦਾ ਇਲਜ਼ਾਮ ਲਾ ਵੀ ਬਿਆਨ ਦੇ ਝੂਠੇ ਮੇਰੇ ਘਰ ਆਉਣ 'ਚ ਪੈਣ, ਮੇਰੀ ਜਿਹੜੀ ਮੇਰੇ ਕੱਪੜੇ ਪਾ ਰਹੇ ਨੇ, ਲਾਗਤਬਾਜ਼ੀ ਆਪਣੀ ਤਾਂ ਨਹੀਂ ਕੋਈ ਗੱਲਬਾਤ ਠਾਣੇ ਜਾਂਦੇ ਨੇ ਅਤੇ ਖਰਚੇ ਕਹਿੰਦੇ ਕਰਾਉਣਾ ਇਹਨਾਂ 'ਤੇ। ਮੈਂ ਬਿਆਨ ਦੇਣ ਤੋਂ ਨਾਂਹ ਕੀਤੀ ਅਤੇ ਹੁਣ ਮੇਰੇ ਕੇਸ ਕਰਕੇ ਪੰਜਾਬ ਜੀ ਵੀਰ ਜੀ ਰਾਤ ਦਾ 9 ਵਜੇ ਦਾ ਟਾਈਮ ਸੀ ਅਤੇ ਇੱਕ ਸਹੁਰਾ ਸੀ, ਇੱਕ ਸੱਸ ਸੀ, ਇੱਕ ਦਿਓਰ ਸੀ, ਨਾਲ ਮਾਮਾ ਜੀ ਸਾਹਿਬ ਜਿਹਨਾਂ ਕੱਟੇ। ਮੇਰਾ ਨਾਮ ਭਾਜੀ ਲਖਵਿੰਦਰ ਸਿੰਘ, ਪਿੰਡ ਮੇਰਾ ਛੋਟਾ ਫਤਿਆ, ਲੜਕੀ ਨਵੀਂ ਜਾਲ ਰਹੀ ਆਪਣੀ, ਇਹਨੂੰ ਬਹੁਤ ਤੰਗ ਕਰਦੇ ਨੇ, 7 ਸਾਲ ਹੋ ਗਏ ਨੇ ਜੀ, ਬਹੁਤ ਮਾਰ ਕੁਟਾਈ ਕਰਦਾ ਅਤੇ ਉਹ ਦੋ ਮੁੰਡੇ ਨੇ ਜਿਹਨਾਂ ਦਾ ਝੂਠੇ ਬਿਆਨ ਲਾ ਕੇ ਇਹਨੂੰ ਕਹਿੰਦਾ ਧੱਕੇ ਨਾਲ ਠਾਣੇ ਬਿਆਨ ਦੇ ਜਾ ਕੇ ਮਾਰ ਕੁਟਾਈ ਬਹੁਤ ਕਰਦਾ ਅਤੇ ਇਹ ਲੜਕੀ ਨੇ ਅੰਮ੍ਰਿਤਧਾਰੀ ਸਿੰਘ ਹੀ ਅੰਮ੍ਰਿਤ ਛਕਿਆ ਨੇ ਬਿਆਨ ਨਹੀਂ ਝੂਠੇ ਦੇਣ ਕਰਕੇ, ਫਿਰ ਉਹਨੇ ਕੁੱਟ ਮਾਰ ਕਰਕੇ ਰਾਤ ਇਹਨਾਂ ਨੇ 4-5 ਜੀਆਂ ਨੇ ਫੜ ਕੇ ਬਾਹੀਆਂ ਤੋਂ ਅਤੇ ਕੈਂਚੀ ਨਾਲ ਕੇਸ ਸਾਰੇ ਕੱਟ ਦਿੱਤੇ ਜੀ, ਕੇਸ ਕਤਲ ਕਰ ਦਿੱਤੇ ਜੀ। ਹਾਂਜੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ, ਜੋ ਕਾਨੂੰਨੀ ਕਾਰਵਾਈ ਇਹਨਾਂ ਦਾ ਜੋ ਸਾਡਾ ਹੱਕ ਹੈ ਇਹਨਾਂ ਨੂੰ, ਲੜਕੀ ਦੇ ਕੇਸ ਕੱਟਣਾ ਅਤੇ ਇਹਨਾਂ ਨੂੰ ਸਜ਼ਾ ਵੱਧ ਤੋਂ ਵੱਧ ਮਿਲੇ ਜੀ, ਇਹਨੇ ਗਾਂਹ ਇਹ ਗਾਂਹ ਹੋਰ ਕੋਈ ਕੰਮ ਨਾ ਇਹੋ ਜਿਹਾ ਕੰਮ ਕਰੇ ਜੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਰਦਾਸ ਭਾਈ ਮੱਸਾ ਸਿੰਘ, ਵਿਦਿਆਰਥੀ ਦਮਦਮੀ ਟਕਸਾਲ ਅਜਨਾਲਾ, ਬੀਬੀ ਮਨਜੀਤ ਕੌਰ ਜਿਨ੍ਹਾਂ ਦਾ ਪਿਛਲੇ ਦਿਨੀ ਆਪਣੇ ਪਤੀ ਦੇ ਨਾਲ ਝਗੜਾ ਹੋਇਆ ਔਰ ਉਸ ਦੇ ਦਰਮਿਆਨ ਸੁਣਨ ਦੇ ਵਿੱਚ ਆਇਆ ਕਿ ਉਹਨਾਂ ਦੇ ਪਤੀ ਨੇ ਉਹਨਾਂ ਦੇ ਕੇਸਾਂ ਦਾ ਕਤਲ ਕੀਤਾ ਹੈ, ਜਿਹੜਾ ਪਰਿਵਾਰ ਗੁਹਾਰ ਲੈ ਕਰਕੇ ਅੱਜ ਜੱਥੇ ਦੇ ਵਿੱਚ ਪਹੁੰਚਿਆ, ਸੋ ਪ੍ਰਸ਼ਾਸਨ ਵੀ ਕਾਰਵਾਈ ਕਰ ਰਿਹਾ ਹੈ। ਅਸੀਂ ਵੀ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਜਿੱਥੇ ਇਹ ਸੰਸਾਰਿਕ ਇੱਕ ਮਸਲਾ ਹੈ, ਉੱਥੇ ਨਾਲ ਧਾਰਮਿਕ ਮਸਲਾ ਵੀ ਹੈ। ਇੱਕ ਅੰਮ੍ਰਿਤਧਾਰੀ ਬੀਬੀ ਦੇ ਕੇਸ ਕੱਟੇ ਗਏ ਹਨ, ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਸ ਕੇਸ ਦੀ ਚੰਗੀ ਤਰ੍ਹਾਂ ਪੜਤਾਲ ਕਰਕੇ, ਪੁੰਛਾਣ ਕਰਕੇ ਬਣਦੀ ਅਤੇ ਯੋਗ ਕਾਰਵਾਈ ਕੀਤੀ ਜਾਵੇ। ਮਨਜੀਤ ਕੌਰ, ਕੱਲ੍ਹ ਪਤਨੀ ਸਤਨਾਮ ਸਿੰਘ ਨੇ ਥਾਣੇ ਆ ਕੇ ਦਰਖਾਸਤ ਦਿੱਤੀ ਕਿ ਮੇਰੇ ਘਰ ਵਾਲੇ ਅਤੇ ਉਹਦੇ ਪਰਿਵਾਰ ਮੈਂਬਰਾਂ ਨੇ ਜਿਹੜੇ ਮੇਰੇ ਵਾਲ ਜਿਹੜੇ ਆ ਮੈਂ ਅੰਮ੍ਰਿਤਧਾਰੀ ਦੇ ਵਾਲ ਕਰਦੇ ਆ, ਜਿਹਦੇ ਸੰਬੰਧ ਵਿੱਚ FIR ਦਰਜ ਕਰਕੇ ਜਿਹੜਾ ਉਹਦਾ ਘਰ ਵਾਲਾ ਸਤਨਾਮ ਸਿੰਘ ਨੂੰ ਅਰੈਸਟ ਕਰ ਲਿਆ, ਹੁਣ ਇਹਦੇ ਕੋਲ ਪੁੱਛਗਿੱਛ ਕਰ ਰਹੇ ਹਾਂ, ਜੋ ਵੀ ਤਫਤੀਸ਼ ਦੇ ਵਿੱਚ ਆਇਆ। ਅਜਨਾਲਾ ਤੋਂ ਪੰਕਜ ਮੱਲੀ ਦੀ ਰਿਪੋਰਟ, ਪੰਜਾਬ ਟੂਡੇ।